जी अपनी अपनी संसद है, सिखां दी संसद है, हाँ श्रोमणी गुरुद्वारा प्रबंधक कमेटी, जी बड़िया पुठियां खल्लां नूं आके ओह मिली है, जी किड्डी वड्डी लड़ाई लड़ी है, हाँ जी किन्नियां कुर्बानियां किन्नियां जानां दे के असीं इस काबिल होए हां संसद नूं बनाउण दे। हाँ जी ਤੇ ਇਸ ਸੰਸਦ ਦੇ ਵਿੱਚ ਕੀ ਹੋਇਆ ਹੈ, ਜਿਹੜੇ ਗੁਰੂਆਂ ਦੇ ਨਾਂ ਤੇ ਇਹ ਸੰਸਦ ਚੱਲਦੀ ਹੈ, हाँ ਉਹਨਾਂ जी ਗੁਰੂਆਂ ਦੇ ਬਾਰੇ ਚ ਸ਼੍ਰੋਮਣੀ ਕਮੇਟੀ ਦੀਆਂ ਛਾਪੀਆਂ ਕਿਤਾਬਾਂ ਕੀ ਕੀ ਕੁਝ ਗੰਦ ਪਾ ਰਹੀਆਂ ਹੈ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੈ। जी ਪਿੱਛੇ ਸਿਰਸਾ ਸਾਹਿਬ ਨੂੰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਬਾਹਰ ਚ ਉੱਥੇ ਲਗਾਤਾਰ ਧਰਨਾ ਦੇਣਾ ਪਿਆ, ਅਸੀਂ ਵੀ ਜਿੰਨੀ ਜੋਗਰੇ ਸੀ ਉਹਨੂੰ ਸਮਰਥਨ ਦਿੰਦੇ ਰਹੇ ਤਾਂ ਕਿ ਮਤਲਬ ਸਾਡਾ ਠੀਕ ਆ, ਅਸੀਂ ਕਿਸਾਨ ਲੀਡਰ ਜ਼ਰੂਰ ਆ ਪਰ जी ਕਿਤੇ ਨਾ ਕਿਤੇ ਸਾਡਾ ਸਾਡੀਆਂ ਜੜਾਂ ਤਾਂ ਇੱਥੇ ਹੀ ਪਈਆਂ ਨਾ ਜੀ, ਸਾਡੇ ਤਰਨ ਦੇ ਨਾਲ ਜੀ ਸਾਡੇ ਇਤਿਹਾਸ 'ਚ ਪਈਆਂ ਨੇ, ਜੀ ਤਾਂ ਇਤਿਹਾਸ ਤੋਂ ਸਾਨੂੰ એનર્ਜੀ ਮਿਲਦੀ ਹੈ। ਹਾਂ ਉਹ ਜੀ ਭਾਵ ਮੇਰਾ ਜੇਕਰ ਕਿਸੇ ਨੇ ਇਸ ਸੰਸਦ ਦੇ ਖਿਲਾਫ ਆਵਾਜ਼ ਨਹੀਂ ਚੱਕੀ ਹਾਂ ਜੀ ਤਾਂ ਇਹ ਸੰਸਦ ਨੇ ਕੀ ਕਰਤਾ। ਜੀ ਇਸ ਕਰਕੇ ਇਹ ਸਾਨੂੰ ਪੱਕਾ ਮਤਲਬ ਮੰਨ ਲੈਣਾ ਚਾਹੀਦਾ ਹੈ ਕਿ ਆਪੋਜੀਸ਼ਨ ਪ੍ਰੈਸ਼ਰ ਗਰੁੱਪ ਇਹ ਬਹੁਤ ਮਜ਼ਬੂਤ ਰਹਿਣਗੇ ਤਾਂ ਲੋਕਤੰਤਰ ਚੱਲੇਗਾ, ਸਦਾ ਧਾਰੀ ਲੋਕ ਸਿੱਧੇ ਰਾਹ ਤੇ ਤੁਰਨਗੇ। ਜਦੋਂ ਸਾਡਾ ਪ੍ਰੈਸ਼ਰ ਗਰੁੱਪ ਕਮਜ਼ੋਰ ਹੋ ਗਿਆ, ਪ੍ਰੈਸ਼ਰ ਸਾਡਾ ਕਮਜ਼ੋਰ ਹੋ ਗਿਆ, ਉਦੋਂ ਫਿਰ ਮਨਮਾਨੀ ਕਰਨਗੇ। ਇਸ ਮਨਮਾਨੀ ਨੂੰ ਨਾ ਕਰ ਸਕਣ, ਸਾਨੂੰ ਆਪਦਾ ਪ੍ਰੈਸ਼ਰ ਗਰੁੱਪ ਨੂੰ ਹੋਰ ਤਕੜੇ ਕਰਨ ਦੀ ਲੋੜ ਹੈ, ਹੋਰ ਮਜ਼ਬੂਤ ਕਰਨ ਦੀ ਲੋੜ ਹੈ। ਸੰਯੁਕਤ ਮੋਰਚੇ ਦਾ ਇਹ ਹਿੱਸਾ ਆਈਪੀਡੀ ਕਿਸਾਨ ਮੋਰਚਾ ਜਿਨ੍ਹਾਂ ਦੇ ਵਿੱਚ ਕਿਰਪਾ ਸਿੰਘ ਤੇ ਲਖਵਿੰਦਰ ਸਿੰਘ ਵੀ ਆ, ਉਹਨਾਂ ਵੱਲੋਂ ਉਹਨਾਂ ਦੀ ਧਾਰਮਿਕ ਜਥੇਬੰਦੀ ਵੱਲੋਂ ਮੈਸੇਜ ਆਇਆ ਲਿਖਤੀ ਰੂਪ 'ਚ ਕਿ ਏਕਤਾ ਵਿੱਚ ਹੀ ਚੜ੍ਹਦੀ ਕਲਾ ਹੋਣੀ ਚਾਹੀਦੀ ਹੈ, ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਏਕਤਾ ਕਰਨੀ ਜ਼ਰੂਰੀ ਹੈ। ਠੀਕ ਆ ਗੱਲ, ਅਸੀਂ ਇਸ ਗੱਲ ਤੇ ਹਾਮੀ ਆ ਕਿ ਏਕਤਾ ਹੋਣੀ ਚਾਹੀਦੀ ਹੈ, ਜੀ ਪਰ ਸਵਾਲ ਤਾਂ ਇਸ ਗੱਲ ਤੇ ਹੁਣ ਆ ਕੇ ਖੜ ਗਿਆ ਨਾ ਵੀ ਏਕਤਾ ਹੀ ਸੀਗੀ, ਏਕਤਾ ਹੀ ਸੀਗੀ ਆਪਣੀ ਸਾਰਿਆਂ ਦੀ, ਜਿੱਦੇ ਅਸੀਂ ਦੁਹਾਈਆਂ ਪਿੱਟਦੇ ਸੀ ਵੀ ਏਕਤਾ ਨਾ ਤੋੜੋ, ਐਸਕੇਐਮ ਨੂੰ ਐਸਕੇਐਮ ਰਹਿਣ ਦਿਓ, ਐਸਐਸਐਮ ਬਣਾਉਣ ਦੀ ਨਾ ਨਾ ਕੁਤਾਹੀ ਕਰੋ ਨਾ ਗਲਤੀ ਕਰੋ। ਠੀਕ, ਉਹ ਬਹੁਤ ਵੱਡੀ ਗਲਤੀ ਹੋਈ, ਲੋਕਾਂ ਦਾ ਵਿਸ਼ਵਾਸ ਟੁੱਟ ਗਿਆ। ਠੀਕ ਹੈ, ਸਮਝਦੇ ਆ ਕਿ ਏਕਤਾ ਨਾਲ ਹੀ ਗੱਲ ਬਣਦੀ ਹੁੰਦੀ ਹੈ, ਉਹ ਲੋਕਾਂ ਦੀ ਏਕਤਾ ਹੌਲੀ ਹੌਲੀ ਮਤਲਬ ਲੋਕਾਂ ਦਾ ਜਿਵੇਂ ਵਿਸ਼ਵਾਸ ਬਣੇਗਾ ਲੋਕਾਂ ਦੀ ਏਕਤਾ ਬਣੇਗੀ। ਪਰ ਜਿਹੜੀਆਂ ਜਥੇਬੰਦੀਆਂ ਤੁਸੀਂ ਕਹਿੰਦੇ ਬਾਹਰ ਚਲ ਗਈਆਂ, ਤੇ ਉਹਨਾਂ ਨੂੰ ਵਾਪਸ ਆਉਣ ਨੂੰ ਵੀ ਮੌਕਾ ਦੇਣਾ ਚਾਹੀਦਾ ਜਾਂ ਨਹੀਂ ਦੇਣਾ ਚਾਹੀਦਾ? ਦੇਖੋ ਜੇ ਤਾਂ ਜਿਵੇਂ ਦੀ ਰਾਜਨੀਤੀ ਕੀਤੀ ਹੈ, ਜੀ ਕਿਵੇਂ ਵਿਸ਼ਵਾਸ ਕੀਤਾ ਜਾਏ ਕਿ ਕੱਲ ਨੂੰ ਅਗਰ 2024 ਦੀ ਇਲੈਕਸ਼ਨ ਫੇਰ ਆ ਗਈ, ਜੀ ਸਰਕਾਰ ਤੇ ਪ੍ਰੈਸ਼ਰ ਫੇਰ ਬਣਨਾ ਹੈ, ਹਾਂਜੀ, ਇਹਦਾ ਆਪਾਂ ਕਿਵੇਂ ਵਿਸ਼ਵਾਸ ਕਰੀਏ ਕਿ ਕੱਲ ਨੂੰ ਚੋਣਾਂ ਦੇ ਮੌਕੇ ਤੇ ਆ ਕੇ ਮੋਰਚਾ ਛੱਡ ਕੇ ਤੇ ਚੋਣਾਂ 'ਚ ਨਹੀਂ ਉਤਰਨਗੇ? ਤੇ ਇਹ ਵੀ ਹੋ ਸਕਦਾ ਜਿਹੜੀਆਂ ਤੁਹਾਡੇ ਨਾਲ ਜਥੇਬੰਦੀਆਂ ਉਹਦੇ 'ਚ ਹੋਰ ਕਹਿ ਦੇਣ ਵੀ ਚਲੋ ਚੰਗਾ ਵੀ ਆਪਾਂ ਸਾਰਿਆਂ ਨੂੰ ਰਲ ਕੇ ਚੋਣ ਲੜ ਲੈਣੀ ਚਾਹੀਦੀ ਆ। ਚਲ ਚਲੋ ਇਹ ਇਹ ਹੋ ਸਕਦਾ ਹੈ, ਹਾਂ ਅਗਰ ਕੋਈ ਲੜੇਗਾ ਹਾਂ ਤਾਂ ਇਹ ਇਹ ਇਹਨਾਂ ਵੀਰਾਂ ਨੇ ਐਸਐਸਐਮ ਬਣਾ ਕੇ ਚੋਣਾਂ ਲੜਨ ਵਾਲੇ ਰਾਹ ਤੇ ਤੁਰੇ ਨੇ। ਠੀਕ ਗੱਲ ਆ, ਲੜ ਲੈਣਾ ਚਾਹੀਦਾ ਹੈ, ਇਹਨਾਂ ਨੂੰ ਲੜਨਾ ਚਾਹੀਦਾ ਹੈ, ਇਹਨਾਂ ਨੂੰ ਆਪਦੇ ਉਸ ਰਾਹ ਤੇ ਚੱਲਣਾ ਚਾਹੀਦਾ ਹੈ। ਹਾਂਜੀ, ਔਰ ਅਸੀਂ ਆਪਦਾ ਪ੍ਰੈਸ਼ਰ ਬਣਾ ਕੇ ਲੜਨ ਵਾਲੀ ਦੇ ਰਾਹ ਤੇ ਤੁਰੇ ਰਹਾਂਗੇ। ਜਾਣੀ ਉਹ ਜਿਹੜੇ ਕਿਉਂਕਿ ਆਪਾਂ ਜਿੰਨੀ ਵੀ ਇੰਟਰਵਿਊ ਕੀਤੀ ਉਹਦੇ 'ਚ ਇਹ ਆਉਂਦਾ ਵੀ ਜਿੰਨੀਆਂ ਵੀ ਸਰਕਾਰਾਂ ਤੁਸੀਂ ਕਿਹਾ ਸਾਰੇ ਕਿਸਾਨਾਂ ਦੇ ਹੀ ਪੋਤੇ ਆ, ਜਾਂ ਉਹ ਚਾਹੇ ਕਿਸੇ ਵੀ ਪਾਰਟੀ, ਅਕਾਲੀ ਦਲ 'ਚ ਆ, ਕਾਂਗਰਸ ਦੇ ਵਿੱਚ ਆ, ਜਾਂ ਆਮ ਆਦਮੀ ਪਾਰਟੀ 'ਚ ਆ, ਜਾਂ ਕਿਸੇ 'ਚ ਵੀ ਆ, ਤੇ ਉਹ ਜਿਹੜੀ ਸੱਤਾ ਆ ਉਹਨਾਂ ਦਾ ਦਿਮਾਗ ਖਰਾਬ ਕਰ ਦਿੰਦੀ ਆ, ਮੁੜ ਕੇ ਉੱਤੇ ਪਹਿਰਾ ਨਹੀਂ ਦਿੰਦੇ, ਤੇ ਫਿਰ ਮਤਲਬ ਸਾਰਾ ਸਮਾਂ ਮਤਲਬ ਜਿਹੜੇ ਕਿਸਾਨ ਸੜਕਾਂ ਤੇ ਬੈਠੇ ਰਹਿਣਗੇ। ਮੈਂ ਪਹਿਲਾਂ ਹੀ ਅਰਜ਼ ਕੀਤੀ ਹੈ, ਮੈਂ ਤੁਹਾਨੂੰ ਇਹੀ ਇਸੇ ਗੱਲ ਰਘਵੀਰ ਸਿੰਘ ਜੀ ਬੇਨਤੀ ਕੀਤੀ ਸੀ ਕਿ ਥੋੜਾ ਜਿਹਾ ਸੋਚੋ, ਸਾਡੀ ਸੰਸਦ ਨੂੰ ਨਹੀਂ ਲੋਕਾਂ ਨੇ ਘੇਰਿਆ, ਸਾਡੀ ਧਾਰਮਿਕ ਸੰਸਦ ਹੈ, ਉਹਦੇ ਖਿਲਾਫ ਆਵਾਜ਼ ਨਹੀਂ ਉੱਠੀ, ਤੇ ਸਾਡੀ ਧਾਰਮਿਕ ਸੰਸਦ ਨੇ ਕੀ ਕੁਝ ਕਰਤਾ? ਨੋਟ ਤਾਂ ਕਰੋ ਕਿੰਨੀ, ਜੇਕਰ ਸਾਡੀ ਧਾਰਮਿਕ ਸੰਸਦ ਜਿਹਦੇ ਕੋਲ ਸਰਕਾਰ ਚਲਾਉਣ ਦੇ ਬਰਾਬਰ ਬਜਟ ਹੈ, ਕਿੰਨਾ ਕਿ ਇਹਨਾਂ ਨੇ ਐਜੂਕੇਸ਼ਨ ਦਾ ਮਿਆਰ ਉੱਚਾ ਚੱਕਤਾ ਜੀ। ਅੱਜ ਰੌਲਾ ਪੈ ਰਿਹਾ ਕਿ ਈਸਾਈ ਮਤ ਵੱਧ ਰਿਹਾ, ਯਾਰ ਸਾਡੀ ਐਡੀ ਵੱਡਾ ਅਦਾਰਾ ਹੋਣ ਦੇ ਬਾਵਜੂਦ, ਸਾਡੀ ਐਡੀ ਵੱਡੀ ਸੰਸਦ ਹੋਣ ਦੇ ਬਾਵਜੂਦ, ਸਾਡੀ ਐਡੀ ਵੱਡੀ ਇਨਕਮ ਹੋਣ ਦੇ ਬਾਵਜੂਦ, ਸਾਡੇ ਕੋਲੋਂ ਸਾਡੇ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਨਹੀਂ ਦਿੱਤੀ ਗਈ, ਸਾਨੂੰ ਸਾਡੇ ਲੋਕਾਂ ਨੂੰ
ਇਹੀ ਸੰਸਦ ਅਸੀਂ ਸਰਕਾਰ ਤੋਂ ਮੰਗਦੇ ਹਾਂ ਕਿ ਫ੍ਰੀ ਐਜੂਕੇਸ਼ਨ, ਫ੍ਰੀ ਸਿਹਤ ਸੇਵਾਵਾਂ ਦਿਓ। ਤੇ ਕੀ ਜੇ ਸਾਡੀ ਸੰਸਦ ਨਹੀਂ ਦੇ ਸਕਦੀ ਸੀ ਇਹ ਚੀਜ਼ਾਂ? ਅਗਰ ਇਹ ਦਿੰਦੀ, ਫ੍ਰੀ ਸਿਹਤ ਸੇਵਾਵਾਂ ਦਿੰਦੀ, ਫ੍ਰੀ ਸਾਨੂੰ ਮਤਲਬ ਐਜੂਕੇਸ਼ਨ ਮਿਲਦੀ, ਹੋਰ ਮਦਦਾਂ ਮਿਲਦੀਆਂ ਲੋਕਾਂ ਨੂੰ, ਤਾਂ ਮੇਰਾ ਖਿਆਲ ਹੈ ਕਿਸੇ ਦਾ ਦਿਮਾਗ ਨਹੀਂ ਫਿਰਿਆ ਸੀ ਕਿ ਕਿਸੇ ਹੋਰ ਧਰਮ ਨੂੰ ਅਡੋਪਟ ਕਰਦਾ। ਇਹ ਸਾਡੀਆਂ ਸੰਸਦਾਂ ਨੂੰ ਸਿੱਧੇ ਰਾਹ ਤੇ ਅਸੀਂ ਨਹੀਂ ਤੋਰ ਸਕੇ, ਅਸੀਂ ਉਹਨਾਂ ਦੇ ਖਿਲਾਫ਼ ਆਵਾਜ਼ ਨਹੀਂ ਚੱਕੀ ਕਿ ਉਹਦਾ ਖਮਿਆਜ਼ਾ ਭੁਗਤ ਰਹੇ ਹਾਂ। ਇਸ ਕਰਕੇ ਸਾਨੂੰ ਲੋਕਾਂ ਨੂੰ ਇੱਕ ਪ੍ਰੈਸ਼ਰ ਗਰੁੱਪ ਬਣਾ ਕੇ ਇਹਨਾਂ ਸੰਸਦਾਂ ਨੂੰ ਸਿੱਧੇ ਰਾਹ ਤੇ ਤੋਰਨ ਦੇ ਲਈ ਹਮੇਸ਼ਾ ਸੜਕਾਂ ਦੇ ਉੱਤੇ ਰਹਿਣਾ ਪਏਗਾ, ਅਗਰ ਤੁਸੀਂ ਠੀਕ ਢੰਗ ਨਾਲ ਸਰਵਾਈਵ ਕਰਨਾ ਹੈ। ਡੱਲੇਵਾਲ ਸਾਹਿਬ, ਜਦੋਂ ਕਿਸਾਨ ਮੋਰਚਾ ਚੱਲਦਾ ਇੱਕ ਮੀਟਿੰਗ ਹੋਈ ਸੀ ਇੱਥੇ ਪੂਰੇ ਦੇਸ਼ਾਂ ਦੇ ਲੋਕਾਂ ਦੀ ਜਿੱਦਾਂ ਜੂਮ ਦੇ ਉੱਪਰ ਹੀ, ਤੇ ਉਹ ਵਿਚਾਰ ਆਇਆ ਸੀ ਵੀ ਜਿਹੜੇ ਕਿਸਾਨ ਉੱਥੇ ਜਾ ਕੇ ਬੈਠੇ ਆ। ਜੀ ਰਵੀਰ ਸਿੰਘ ਜੀ, ਤੁਹਾਡਾ ਸਵਾਲ ਜਦੋਂ ਤੁਸੀਂ ਕਰ ਰਹੇ ਸੀ, ਗੱਲ ਕਰ ਰਹੇ ਸੀ, ਆਵਾਜ਼ ਕੱਟ ਰਹੀ ਸੀ ਵਿੱਚੋਂ, ਮੈਨੂੰ ਪਤਾ ਨਹੀਂ ਲੱਗਿਆ ਕੀ ਕਹਿ ਰਹੇ ਸੀ। ਹੁਣ ਆ ਰਹੀ ਆਵਾਜ਼? ਠੀਕ ਆ ਰਹੀ ਹੁਣ? ਹਾਂ ਹੁਣ ਠੀਕ ਆ ਰਹੀ ਹੈ। ਹਾਂਜੀ, ਮੇਰਾ ਸਵਾਲ ਇਹ ਸੀ ਕਿ ਜਦੋਂ ਕਿਸਾਨ ਮੋਰਚਾ ਉੱਥੇ ਦਿੱਲੀ ਦੀਆਂ ਬਰੂਹਾਂ ਤੇ ਲੱਗਾ ਸੀ, ਉਸ ਵੇਲੇ ਵਿਦੇਸ਼ਾਂ ਦੇ ਲੋਕਾਂ ਦੀ ਮੀਟਿੰਗ ਹੋਈ ਸੀ, ਵੀ ਜਿੰਨੇ ਲੋਕ ਵਿਦੇਸ਼ਾਂ ਵਿੱਚ ਆ ਪੰਜਾਬ ਦੇ ਵਿੱਚੋਂ, ਜੇ ਸਾਰੇ ਆਪਣੇ ਆਪਣੇ ਪਿੰਡ ਨੂੰ ਸਪੋਰਟ ਕਰ ਦੇਣ, ਹਰ ਇੱਕ ਆਪਣਾ ਪਿੰਡ ਹੀ ਸੁਧਾਰ ਲੈ, ਤੇ ਸਾਨੂੰ ਸਰਕਾਰਾਂ ਦੀ ਲੋੜ ਹੀ ਨਹੀਂ, ਏਦਾਂ ਹੋ ਸਕਦਾ? ਦੇਖੋ ਮੈਂ ਇੱਕ ਬੇਨਤੀ ਕਰਾਂ ਜੀ। ਜੀ ਜਿੰਨਾ ਸਾਨੂੰ ਐਨ ਆਰ ਆਈ ਆਂ ਨੇ ਜੀ ਸਪੋਰਟ ਕੀਤੀ ਹੈ ਨਾ, ਹਾਂਜੀ, ਮੈਂ ਕਹਿੰਦਾ ਵੀ ਯਾਰ ਉਹ ਵਿਚਾਰੇ ਮਿਹਨਤ ਕਰਦੇ ਨੇ, ਹਾਂਜੀ, ਉਹ ਆਪਦੇ ਉਹਨਾਂ ਨੇ ਵੀ ਤਾਂ ਢਿੱਡ ਤੋੜਨਾ, ਆਪਦੇ ਬੱਚੇ ਪਾਲਣੇ ਆ। ਹਾਂਜੀ, ਅਸੀਂ ਉਹਨਾਂ ਦੇ ਕੋਲੋਂ ਇਹ ਉਮੀਦ ਰੱਖੀਏ ਕਿ ਜਦੋਂ ਅਸੀਂ ਕਿਸੇ ਵੀ ਸਰਕਾਰ ਦੇ ਖਿਲਾਫ਼ ਅਗਰ ਅਸੀਂ ਆਵਾਜ਼ ਚੱਕਦੇ ਹਾਂ, ਉਹ ਸਾਡੀ ਸਪੋਰਟ ਤੇ ਪਹਿਲਾਂ ਦੀ ਤਰ੍ਹਾਂ ਹਿੱਕ ਠੋਕ ਕੇ ਆ ਜਾਣ, ਤਾਂ ਮੇਰਾ ਖਿਆਲ ਹੈ ਅਸੀਂ ਸਰਕਾਰਾਂ ਨੂੰ ਝੁਕਾਉਣ 'ਚ ਸਫਲ ਹੋ ਜਾਵਾਂਗੇ। ਉਹਨਾਂ ਨੇ ਵੀ ਆਪਦੇ ਬੱਚੇ ਪਾਲਣੇ ਆ, ਉਹਨਾਂ ਨੂੰ ਆਪਾਂ ਇਹ ਆਖੀਏ ਵੀ ਤੁਸੀਂ ਪਿੰਡ ਦਾ ਕਰਜ਼ਾ ਲਾ ਦਿਓ, ਪਿੰਡ ਨੂੰ ਐਂ ਕਰ ਲਈਏ, ਤਾਂ ਮੈਨੂੰ ਲੱਗਦਾ ਠੀਕ ਹੈ। ਜਦੋਂ ਸਮਾਂ ਬਣੇਗਾ ਅਸੀਂ ਆਪਦੀ ਸਰਕਾਰ ਤੋਂ ਜਿਹੜਾ ਕੁਛ ਲੈਣਾ ਹੈ, ਸਰਕਾਰਾਂ ਤੋਂ ਕਿਉਂ ਨਾ ਲੜੀਏ, ਲਈਏ ਜੀ ਤਕੜੇ ਹੋ ਕੇ, ਸਾਡੇ ਰਾਈਟ ਬਣਦੇ ਨੇ, ਸਰਕਾਰਾਂ ਨੇ ਦੇਣਾ ਜਿਹੜਾ ਕੁਛ ਸਾਨੂੰ, ਅਸੀਂ ਲੋਕਤੰਤਰਕ ਦੇਸ਼ ਦੇ ਵਿੱਚ ਰਹਿੰਦੇ ਹਾਂ, ਕਿਉਂ ਨਾ ਸਰਕਾਰ ਤੇ ਪ੍ਰੈਸ਼ਰ ਬਣਾਇਆ ਜਾਏ। ਉਹਨਾਂ ਨੂੰ ਵਿਚਾਰਿਆਂ ਨੂੰ ਕਹੀਏ ਵੀ ਤੁਸੀਂ ਦਿਹਾੜੀ ਕਰੋ, ਮਿਹਨਤ ਕਰੋ, ਤੇ ਪੈਸੇ ਸਾਨੂੰ ਘੱਲੋ। ਆਪਣਾ ਤਕਰੀਬਨ ਸਮਾਂ ਜਿਹੜਾ ਪ੍ਰੋਗਰਾਮ ਦਾ ਸਮਾਪਤੀ ਵੱਲ ਵੱਧ ਰਿਹਾ, ਤੇ ਬਹੁਤ ਸਵਾਲ ਮੈਂ ਆਪਣੇ ਵੱਲੋਂ ਵੀ ਕੀਤੇ ਆ, ਲੇਕਿਨ ਕਈ ਵਾਰੀ ਹੁੰਦਾ ਬਈ ਜਦੋਂ ਆਪਾਂ ਚੈਨਲ ਤੇ ਜਾਂਦੇ ਹਾਂ, ਸੋਚਦੇ ਹਾਂ ਵੀ ਆਪਾਂ ਆਹ ਗੱਲ ਜ਼ਰੂਰ ਅੱਜ ਕਰਨੀ ਆ, ਤੁਹਾਡੇ ਮਨ ਦੀ ਗੱਲ, ਜਾਂ ਤੁਸੀਂ ਬਾਹਰ ਬੈਠੇ ਲੋਕਾਂ ਨੂੰ, ਪੰਜਾਬੀਆਂ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਹਾਂ ਤਾਂ ਜ਼ਰੂਰ ਕਰ ਸਕਦੇ। ਮੈਂ ਦੇਖੋ ਗੱਲ ਇਹ ਹੈ, ਮੇਰੇ ਜਿੰਨੇ ਵੀ ਬਾਹਰ ਬੈਠੇ ਪੰਜਾਬੀ ਨੌਜਵਾਨ ਹੈ ਜੀ, ਮੇਰੇ ਸਤਿਕਾਰਯੋਗ ਨੇ, ਮੈਂ ਦਿਲ ਦੀ ਗਹਿਰਾਈ ਚੋਂ ਉਹਨਾਂ ਦੀ ਕਦਰ ਕਰਦਾ, ਸਤਿਕਾਰ ਕਰਦਾ। ਇਹ ਮੋਰਚਾ ਸੱਜਣੋ ਤੁਸੀਂ ਜਿੱਤਿਆ, ਅਸੀਂ ਨਹੀਂ ਜਿੱਤਿਆ। ਮੇਰੀ ਹੱਥ ਬੰਨ ਕੇ ਬੇਨਤੀ ਹੈ, ਹੋਰ ਕੁਛ ਨਾ ਕਰੋ, ਇੱਕ ਕੰਮ ਕਰ ਲਓ ਯਾਰ, ਤੁਸੀਂ ਆਪਣੇ ਪਿੰਡਾਂ ਦੇ ਵਿੱਚ ਜਿਹੜਾ ਯੂਥ ਹੈ, ਆਪਾਂ ਤਕੜੇ ਹੋ ਕੇ ਯੂਥ ਨੂੰ ਨਸ਼ੇ ਤੋਂ ਬਚਾ ਲਈਏ, ਸਾਡੀ ਨਸਲਕੁਸ਼ੀ ਹੋ ਜਾਣੀ ਹੈ। ਬੜੀ ਚਾਲ ਹੈ, ਬੜੀ ਸਾਜਿਸ਼ ਹੈ। ਇੱਕ ਗੱਲ ਦਾ ਧਿਆਨ ਰੱਖੋ ਕਿ ਦੇਖੋ, ਕਦੇ ਜਦੋਂ ਮੈਂ ਪੜ੍ਹਦਾ ਸੀਗਾ, ਮੈਂ ਕਾਲਜ ਪੜ੍ਹਦਾ ਸੀ ਜਦੋਂ, ਉਸ ਵੇਲੇ ਬੰਬੇ ਦੇ ਵਿੱਚ ਇੱਕ IVF ਸੈਂਟਰ ਬਣਿਆ, ਇੱਕ ਸੈਂਟਰ ਆਇਆ, ਲੋਕਾਂ ਦੇ ਵਿੱਚ ਅਚੰਭਾ ਸੀ ਕਿ ਮਾਂ ਤੋਂ ਬਗੈਰ ਬੱਚਾ ਪੈਦਾ ਹੋ ਜਾਂਦਾ। ਅੱਜ ਕੀ ਕੁਛ ਹੋ ਗਿਆ, ਮਾਂ ਬਾਪ ਵੀ ਹੈ ਨਹੀਂ, ਤੁਸੀਂ ਅੰਦਾਜ਼ਾ ਲਾਓ, ਹਰ ਕਸਬੇ ਦੇ ਵਿੱਚ ਸੈਂਟਰ ਖੁੱਲ ਗਏ। ਇਹ ਕਿਉਂ ਖੁੱਲ ਰਹੇ ਹੈ, ਇਹ ਕਿਉਂ ਖੁੱਲ ਰਹੇ ਹੈ, ਸਾਡੇ ਲਈ ਚਿੰਤਾ ਦਾ ਵਿਸ਼ਾ ਹੈ। ਇਹ ਤੁਹਾਡੀ ਨਸਲ ਕੁਸ਼ੀ ਹੋ ਰਹੀ ਹੈ। ਸੱਜਣੋ ਮੇਰੀ ਹੱਥ ਜੋੜ ਕੇ ਬੇਨਤੀ ਹੈ, ਆਪਦੇ ਆਪਦੇ ਪਿੰਡਾਂ ਨੂੰ ਅਡੋਪਟ ਕਰ ਲਓ, ਜੇ ਕਰਨਾ ਤਾਂ ਇਸ ਕੰਮ ਤੇ ਕਰ ਲਓ, ਇਸ ਕੰਮ ਤੇ ਆਪਾਂ ਤਕੜੇ ਹੋ ਕੇ ਜ਼ੋਰ ਲਾਈਏ ਕਿ ਜੋ ਵੀ ਬੱਚਾ ਨਸ਼ਾ ਕਰਦਾ ਹੈ, ਉਹਨੂੰ ਪਿਆਰ ਨਾਲ, ਚਾਹੇ ਉਹਦੇ ਪੈਰੀ ਪੱਗ ਧਰਨੀ ਪਵੇ, ਉਹਨੂੰ ਜੋ ਮਦਦ ਦੇਣੀ ਪਵੇ ਦੇਈਏ ਆਪਾਂ, ਉਹਨੂੰ ਨਸ਼ੇ ਚੋਂ ਕੱਢ ਲਈਏ। ਅਗਰ ਪੰਜਾਬ ਨੂੰ ਆਪਾਂ ਨਸ਼ੇ ਚੋਂ ਕੱਢ ਕੇ ਲੈ ਗਏ, ਤਾਂ ਮੈਨੂੰ ਲੱਗਦਾ ਕਿ ਇਹ ਜਿਹੜੀ ਕੌਮ ਆ ਆਪਣੀ, ਆਪਣੇ ਵਿੱਚ ਜਿਹੜਾ ਜੀਨ ਹੈ, ਇਹ ਲੜਕੇ ਮਰਨ ਦਾ ਜੀਨ ਹੈ, ਇਸੇ ਤੋਂ ਡਰ ਲੱਗਦਾ ਸਾਰਿਆਂ ਨੂੰ। ਇਸ ਕਰਕੇ ਇਸ ਜੀਨ ਨੂੰ ਕਾਇਮ ਰੱਖਣ ਵਾਸਤੇ ਆਪਣੇ ਯੂਥ ਨੂੰ ਬਚਾਓ, ਕਿਉਂਕਿ ਜੇ ਯੂਥ ਦੇ ਹੀ ਨਾ ਰਿਹਾ,
ਤਾਂ ਫਿਰ ਸਾਡਾ ਜੀਨ ਕਿੱਥੇ ਰਹੇਗਾ।